मनप्रीत गलबात करना चाहवांगे अज तो झोने की लवाई का काम जिहड़ा है शुरू हो चुका है सो रूपनगर दे विच किस तरीके दी तैयारियां ने किसान किन्ना कुछ चाहत ने सीधी लवाई नूं लैके मैं रूपनगर के खेतों में इस वक्त मौजूद हाँ। एक बार पहला तुम दृश्य दिखा दा जेकर सीधी बिजाई की गल की जाए या अज तो शुरुआत की गल की जाए तो रूपनगर के हाले फिलहाल शुरुआत नहीं हुई हैगी वड्डे पद्धर के उत्ते ना ही फसल की शुरुआत की गई बीजण की कुछ किसान साडे नाल इत्थे इस वक्त जरूर मौजूद ना उन्होंने गलबात करांगे कि किस गल करके इस वक्त देरी की जा रही है क्योंकि पंजाब के मुख्यमंत्री भगवंत सिंह मान होरां वल्लों कहा गया कि एक तरीक तय की गई थी जिस तरीक के तहत बिजाई की गल की जा रही थी भी पानी भी बचेगा उस किसानों अगे अपील भी की किसानों वालों उस अपील को मन भी लिया गया सी ते कुछ किसानों गलबात करते हैं तो उन्होंने पूछते हैं इस वक्त क्यों नहीं शुरू की गई विजय सर बहुत बहुत स्वागत है जी मीडिया से झोने का सीजन शुरू हो चुका है लेकिन रूपनगर के जो आप गल की जाए टंडी एरिया मनिया जाता है इतने हाले शुरुआत क्यों नहीं की गई शुरुआत का पता की है जिवें हुण चलो सरकारां वल्लों भी दुहाई दी जाती है कि जिहड़ा पानी का पद्धर है वह घट रहा है कोई सरकार वल्लों ऐसे कलस्टर बनाए गए थे जथेबंदियों वल्लों धरने भी लाए गए उदे विच पंजाब नूं दो तीन कलस्टर च वंड दिता गया सीगा सो जिहड़ा अज साडा रोपड़ जिला है सानूं 14 तरीक दित्ती हुई सीगी सो असीं भी रात पानी वढ़िया तुसीं देख सकदे आ पिछे कद्दू करिया होया ते जिहड़ी इहदी शुरुआत है 14 तरीक होण करके अज तों तकरीबन रोपड़ दे जिहड़ी है जीरी दी लवाई शुरू हो जाएगी ਤੇ ਬਿਜਲੀ ਦੀ ਫਿਲਹਾਲ ਕੀ ਕੰਡੀਸ਼ਨ ਤੁਹਾਨੂੰ ਲੱਗਦੀ ਆ ਕਿਉਂਕਿ ਜਦੋਂ ਝੋਨਾ ਲਾਣਾ ਹੁੰਦਾ ਮੋਟਰਾਂ ਚੱਲਦੀਆਂ ਪਾਣੀ ਦੀ ਬਹੁਤ ਵੱਡੀ ਆਮਦ ਉੱਤੇ ਵਰਤਿਆ ਜਾਂਦਾ ਹੈ ਤੇ ਬਿਜਲੀ ਕਿਸ ਤਰ੍ਹਾਂ ਤੁਹਾਨੂੰ ਇਸ ਵਕਤ ਮੁਹੱਈਆ ਕਰਵਾਈ ਜਾ ਰਹੀ ਹੈ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਬਿਜਲੀ ਭਰਪੂਰ ਦਿੱਤੀ ਜਾਏਗੀ ਕਿੱਦਾਂ ਦੇਖ ਰਹੀ ਸਾਰੀ ਚੀਜ਼ ਦੇਖੋ ਜਿਹੜਾ ਸਾਡਾ ਏਰੀਆ ਸਾਡਾ ਅਸੀਂ ਤਾਂ ਸਾਡਾ ਜਿਹੜਾ ਰੋਪੜ ਜ਼ਿਲ੍ਹਾ ਤਕਰੀਬਨ ਕੰਢੀ ਏਰੀਆ ਸਾਡੇ ਪਿੰਡ ਆਉਂਦੇ ਆ ਸਾਨੂੰ ਬਿਜਲੀ ਜਿਹੜੀ ਸਮੱਸਿਆ ਨਾ ਤਾਂ ਪਿਛਲੀਆਂ ਸਰਕਾਰਾਂ ਸਮਝ ਆਈ ਹੈ ਤੇ ਨਾ ਉਹ ਇਸ ਸਰਕਾਰ ਦੇ ਵਿੱਚ ਆਈ ਹੈ ਸਾਡਾ ਵਕਤ 24 ਘੰਟੇ ਲੈਟ ਹੋਣ ਕਰਕੇ ਸਾਡੀ ਲੈਟ ਆ ਜਿਹੜੀ ਪ੍ਰੋਪਰ ਚੱਲ ਰਹੀ ਹੈ ਜਿਨ੍ਹਾਂ ਹਲਕਿਆਂ 'ਚ ਅੱਜ ਮਤਲਬ 14 ਤਰੀਕ ਤੋਂ 8 ਘੰਟੇ ਦਿੱਤੀ ਜਾਊਗੀ ਇਹ ਸਹੀ ਜਾਣਕਾਰੀ ਜਿਹੜੀ ਉਹ 8 ਘੰਟੇ ਵਾਲੇ ਮਤਲਬ ਜਿਹੜੇ ਜ਼ਿਮੀਂਦਾਰ ਉਹ ਦੇ ਸਕਦੇ ਆ ਪਰੰਤੂ ਸਾਨੂੰ ਬਿਜਲੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਅੱਛਾ ਇੱਕ ਸਵਾਲ ਹੈ ਕਈ ਲੋਕ ਪਹਿਲਾਂ ਫਸਲ ਬੀਜ ਦਿੰਦੇ ਆ ਤੇ ਕਈ 10 ਤਰੀਕ ਤੋਂ ਬਾਅਦ ਬੀਜਦੇ ਆ ਫਸਲ ਬੀਜਣ ਦੇ ਵਿੱਚ ਨਾ ਫਰਕ ਕਿਉਂ ਕੀਤਾ ਜਾਂਦਾ ਹੈ ਕੀ ਝਾੜ ਦੇ ਉੱਤੇ ਇਸ ਦਾ ਫਰਕ ਪੈਂਦਾ ਜਾਂ ਕੋਈ ਹੋਰ ਰੀਜ਼ਨ ਹੈ ਇਹਦਾ ਨਹੀਂ ਜੇ ਕੁਝ ਵੈਰਾਈਟੀਆਂ ਜਿਵੇਂ ਹੁਣ ਪੂਛਾ ਹੋ ਗਈ ਉਹਦਾ ਜਿਹੜਾ ਕੁਦਰਤ ਵੱਲੋਂ ਹੀ ਜਿਹੜੀ ਉਹਦੀ ਪੱਕਣ ਦੀ ਮਿਆਦ ਆਮ ਜਿਵੇਂ ਪੀਆਰ 126 ਹੈ ਜਾਂ ਜਿਵੇਂ 28 ਹੈ 29 ਹੈ ਇਹ ਜੀਰੀਆਂ ਜਿਹੜੀਆਂ ਪੂਛਾ ਹੋ ਗਈ ਇਹ ਜ਼ਿਆਦਾ ਪੱਕਣ ਲਈ ਟਾਈਮ ਲੈਂਦੀਆਂ ਤਕਰੀਬਨ 30 35 40 ਦਿਨ ਵੱਧ ਲੈਂਦੀਆਂ ਨੇ ਹੁਣ ਕੁਝ ਖੇਤ ਤੇ ਡਿਪੈਂਡ ਕਰਦਾ ਕਈ ਕੋਈ ਹੁਣ ਜਿਵੇਂ ਦੇਖ ਲਓ ਮੱਕੀ ਖੜੀ ਹੈ ਮੱਕੀ ਹਲੇ 15 ਦਿਨ ਨਹੀਂ ਵੱਢੀ ਜਾਣੀ ਇਹਦੇ ਵਿੱਚ 100 ਪੀਆਰ 126 ਲਾਊਗਾ ਜ਼ਿਮੀਂਦਾਰ ਵੀ ਛੇਤੀ ਉਹ ਜਿਹੜੀ ਵੱਢ ਕੇ ਤਿਆਰ ਹੋ ਜਾਂਦੀ ਹੈ ਜਿਹੜੇ ਹੁਣ ਕਣਕਾਂ ਵਾਲੇ ਖੇਤ ਆ ਉਹਨਾਂ ਵਿੱਚ ਪੂਛਾ ਲਾਉਂਦਾ ਅਗਲਾ 29 ਲਾਉਂਦਾ 28 ਲਾਉਂਦਾ ਜਿਹੜੀਆਂ ਵੈਰਾਈਟੀਆਂ ਇਹ ਥੋੜਾ ਜਿਹਾ ਵੱਧ ਸਮਾਂ ਲੱਦੀਆਂ ਇਸ ਕਰਕੇ ਇਹਦੇ ਵਿੱਚ ਫਰਕ ਪੈ ਜਾਂਦਾ ਕੋਈ ਕਿਸਾਨੋਂ ਖੇਤ ਦੇ ਮੁਤਾਬਕ ਆਪਣੇ ਖੇਤ ਦੀ ਜਿਹੜੀ ਵਾਹੀਯੋਗ ਜ਼ਮੀਨ ਆ ਉਹਦੇ ਵੇਲ ਹੋਣ ਤੇ ਡਿਪੈਂਡ ਕਰਦਾ ਵੀ ਉਹਦੇ ਵਿੱਚ ਕਿਹੜੀ ਜਿਹੜੀ ਹੈ ਵੈਰਾਈਟੀ ਲੱਗਣੀ ਹੈ ਅੱਛਾ ਇੱਕ ਸਰਕਾਰ ਵੱਲੋਂ ਫਸਲਾਂ ਦੇ ਰਵਾਇਤੀ ਚੱਕਰ ਚੋਂ ਨਿਕਲਣ ਵਾਸਤੇ ਮੂੰਗੀ ਦੀ ਫਸਲ ਵਾਸਤੇ ਕਿਹਾ ਗਿਆ ਹੈ ਤੁਸੀਂ ਉਹ ਕਿੱਦਾਂ ਦੇਖਦੇ ਆ ਕਿਉਂਕਿ ਤੁਸੀਂ ਹੁਣੇ ਦੱਸਿਆ ਕਿ ਮੱਕੀ ਦੀ ਫਸਲ ਇੱਥੇ ਖੜੀ ਆ ਇੱਕ ਪਾਸੇ ਝੋਨਾ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਉਹ ਲੇਟ ਲਗਾਈ ਗਈ ਸੀ ਇਸ ਲਈ ਇੱਥੇ ਝੋਨਾ ਵੀ ਲੇਟ ਲੱਗੇਗਾ ਉਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਆ ਆਰਥਿਕ ਤੌਰ ਤੇ ਕਿਸਾਨ ਵਾਸਤੇ ਕਿੰਨਾ ਕੁ ਲਾਹੇਵੰਦ ਹੋਏਗਾ ਜਿਹੜੇ ਜੇਕਰ ਮੂੰਗੀ ਦੀ ਫਸਲ MSP ਉੱਤੇ ਖਰੀਦੀ ਜਾਂਦੀ ਹੋਣੀ ਦੇਖੋ ਜੀ ਸਰਕਾਰਾਂ ਚਾਹੇ ਕੋਈ ਵੀ ਸਰਕਾਰ ਹੈ ਇਸ ਸਰਕਾਰ ਦੀ ਗੱਲ ਨਹੀਂ ਕਰਦਾ ਆਪਾਂ ਕੋਈ ਵੀ ਸਰਕਾਰ ਹੈ ਸਰਕਾਰਾਂ ਹਮੇਸ਼ਾ ਦੁਹਾਈ ਪਾਉਂਦੀਆਂ ਹੈ ਵੀ ਪਾਣੀ ਬਚਾਇਆ ਜਾਵੇ ਜਾਂ ਪਾਣੀ ਸੇਵ ਕੀਤਾ ਜਾਵੇ ਹੈ ਤਾਂ ਗੱਲ ਉਹ ਸਾਡੇ ਲਈ ਚੰਗੀ ਆਉਣ ਸਾਡੀ ਸਾਨੂੰ ਆਉਣ ਵਾਲੀ ਨਸਲਾਂ ਬਾਰੇ ਸੋਚਣਾ ਜ਼ਰੂਰ ਚਾਹੀਦਾ ਜਦੋਂ ਸਾਡੇ ਕੋਲ ਪਾਣੀ ਉਹ ਨਾ ਰਿਹਾ ਫਿਰ ਅਸੀਂ ਜੀਰੀ ਬੀਜ ਕੇ ਵੀ ਕੀ ਕਰਾਂਗੇ ਹੁਣ ਜਿਵੇਂ ਮੂੰਗੀ ਆ ਜਾਂ ਜਿਵੇਂ ਹੁਣ ਮੱਕੀ ਹੈ ਮੱਕੀ ਤਕਰੀਬਨ ਅਸੀਂ ਵੱਢ ਕੇ ਚਾਰਾ ਜਿਹੜਾ ਸੁੱਟਿਆ ਉਹ ਸਾਡਾ 225 ਕੁਇੰਟਲ ਲਗਭਗ ਇੱਕ ਏਕੜ ਚੋਂ ਨਿਕਲਿਆ ਹੁਣ ਅਸੀਂ ਜੀਰੀ ਵੀ ਲਾ ਦੇਣੀ ਉਸ ਖੇਤ ਵਿੱਚ ਸੋ ਜੇ ਫਸਲਾਂ ਨੂੰ ਬਦਲ ਕੇ ਇਹ ਤਾਂ ਸਾਡਾ ਕੁਛ ਨਾ ਕੁਛ ਆਉਣ ਵਾਲੀਆਂ ਨਸਲਾਂ ਜਿਹੜਾ ਜੇ ਮੰਨ ਲਓ 5 ਸਾਲ ਨੂੰ 10 ਸਾਲ ਨੂੰ ਪਾਣੀ ਖਤਮ ਹੋਣਾ ਤਾਂ ਉਹਦੀ ਮਿਆਦ ਆ ਜਿਹੜੀ 10 ਸਾਲ ਹੋਰ ਵਧਾਈ ਜਾ ਸਕਦੀ ਉਹ ਸਾਡੇ ਹੱਥ ਵਿੱਚ ਹੀ ਹੈ ਸਰਕਾਰਾਂ ਨੂੰ ਅਸੀਂ ਗਾਲਾਂ ਤਾਂ ਦਿੰਦੇ ਹਾਂ ਚਾਹੇ ਕੋਈ ਵੀ ਸਰਕਾਰ ਹੈ ਪਰ ਅਸੀਂ ਆਪਣਾ ਫਰਜ਼ ਨਹੀਂ ਸਮਝਦੇ ਹੁਣ ਜਿਵੇਂ ਸਾਡੇ ਜਥੇਬੰਦੀਆਂ ਵੱਲੋਂ ਸਰਕਾਰਾਂ ਨੇ ਤਕਰੀਬਨ ਉਹ ਵਿਰੋਧ ਤਾਂ ਕਰਦੇ ਆ ਵੀ ਥੋੜਾ ਜਿਹਾ ਲੋਕਾਂ ਨੇ ਪਨੀਰੀਆਂ ਪਹਿਲਾਂ ਬੀਜ ਲਈਆਂ ਸੀਗੀਆਂ ਫਿਰ ਪਨੀਰੀਆਂ ਸਾਡੀਆਂ ਜਿਹੜੇ ਪਕੜ ਹੋ ਜਾਂਦੀਆਂ ਉਹਦੇ ਕਰਕੇ ਜ਼ਿਮੀਂਦਾਰਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਕਿ ਜਿਹੜੇ ਸਰਕਾਰ ਨੇ ਡੇਟ ਬੌਂਡ ਕਰਤੀ ਸੀਗੀ ਪਰੰਤੂ ਚਲੋ ਜੇ ਐਤਕੀ ਹੁਣ ਸਰਕਾਰ ਨੇ ਪਹਿਲਾਂ ਨਹੀਂ ਅਨਾਊਂਸ ਕਰਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਪਹਿਲਾਂ ਅਨਾਊਂਸ ਕਰ ਦੇਗੀ ਕਰ ਦਿਆ ਕਰੇਗੀ ਤੇ ਜਿਹੜੀ ਪਨੀਰੀ ਵਗੈਰਾ ਉਹ ਲੇਟ ਬੀਜ ਲਿਆ ਕਰਾਂਗੇ ਜਿਹੜਾ ਕਿਤੇ ਨਾ ਕਿਤੇ ਪਾਣੀ ਨੂੰ ਫਰਕ ਪਏਗਾ ਬਚਾਉਣ ਦੇ ਵਿੱਚ ਸੋ ਮੰਨ ਫਿਲਹਾਲ ਰੂਪਨਗਰ ਦੇ ਜੇਕਰ ਗੱਲ ਕੀਤੀ ਜਾਏ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਫਸਲ ਦੇ ਵਿੱਚ ਕੱਦੂ ਕਰ ਦਿੱਤਾ ਗਿਆ ਹੈ ਇੱਕ ਸ਼ੁਰੂਆਤ ਕਰ ਦਿੱਤੀ ਗਈ ਹੈ ਲੇਕਿਨ ਬਹੁਤੇ ਵੱਡੇ ਪੱਧਰ ਤੇ ਇਸ ਵਕਤ ਹਾਲੇ ਜਿਹੜੀ ਝੋਨੇ ਦੀ ਬਿਜਾਈ ਹੈ ਸ਼ੁਰੂ ਨਹੀਂ ਹੋਈ ਹਾਂ ਤੁਸੀਂ ਕਹਿ ਸਕਦੇ ਆ ਹਲਕੀ ਸ਼ੁਰੂਆਤ ਜ਼ਰੂਰ ਕਰ ਦਿੱਤੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇੱਥੇ ਤੁਸੀਂ ਦੇਖ ਸਕੋਗੇ ਕਿ ਜਿਹੜੀ ਝੋਨੇ ਦੀ ਲਵਾਈ ਆ ਉਹ ਵੱਡੇ ਪੱਧਰ ਤੇ ਸ਼ੁਰੂ ਹੋ ਜਾਏਗੀ ਤੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਬਿਜਲੀ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਫਿਲਹਾਲ ਨਹੀਂ ਹੋਵੇਗੀ ਤੇ ਸਰਕਾਰ ਵੱਲੋਂ ਜਿਹੜੀ ਦਿੱਤੀ ਗਈ ਤੈਅ ਮਿਤੀ ਸੀਗੀ ਉਸ ਦੇ ਮੁਤਾਬਕ ਹੀ ਇਹ ਸ਼ੁਰੂ ਕਰ ਰਹੇ ਨੇ ਬਿਲਕੁਲ ਮਨਪ੍ਰੀਤ ਜਾਨਣਾ ਚਾਹਾਂਗੇ
ਜਿਵੇਂ ਕਿ ਪਿਛਲੇ ਸਾਲ ਕਰੋਨਾ ਦੇ ਨਿਕਲੇ ਸਨ, ਕਾਫੀ ਦਿੱਕਤਾਂ ਵੀ ਆਈਆਂ ਸਨ, ਸੋ ਇਸ ਵਾਰੀ ਲੇਬਰ ਦੀ ਕੋਈ ਦਿੱਕਤ ਆ ਰਹੀ ਹੈ ਕਿਸਾਨਾਂ ਨੂੰ, ਕਿਉਂਕਿ ਲੇਬਰ ਚਾਹੀਦੀ ਹੁੰਦੀ ਹੈ ਝੋਨੇ ਦੀ ਲਵਾਈ ਦੇ ਲਈ, ਸੋ ਇੱਥੇ ਲੇਬਰ ਦੀ ਕੋਈ ਸਮੱਸਿਆ? जी बिल्कुल मनप्रीत, इस बारे जरूर गल करते हैं, क्योंकि जो कोविड सीगा, कोविड के दौरान जिहड़ियां लेबर सीगे, क्योंकि पंजाब दे विच जिहड़ी लेबर आंदी, प्रवासी लेबर आंदी आ, ते जो कोविड के दौरान वो सारे अपने 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 घर वापस चले गए सन, तो लेबर की दिक्कत एक सीजन पहला बहुत हुई सी, तो किसान इतने मौजूद ने। सोई साहब, लेबर की दिक्कत किस तरह तुम देखते दे पे हैं, कि लेबर की दिक्कत होएगी इस बारी झोना लाने वास्ते, क्योंकि कोरोना काल दौरान जी ज्यादातर लेबर से वापस चले गई थी, कि इस बारी कि मैनेज करोगे सारी चीज़ को? नहीं, लेबर की दिक्कत कोई नहीं हैगी जी, दिल उदो करोना करके जी लेबर अपने अपने घर चले गए थे, हूँ तुम देख सकते हैं तकरीबन ऐतकी रेट भी जो तकरीबन जायज तकरीबन साढ़े जो हम लेबर का रेट 3800 रुपये तय हो, भी कोई प्रॉब्लम नहीं हैगी ऐतकी लेबर की, लेबर मिल रही है प्रॉपर जिन्हों जिनी लोड़ है। सो फिलहाल मनप्रीत इन्होंने कहना है कि इस बार लेबर की कोई दिक्कत नहीं होएगी, क्योंकि जेकर लेबर की दिक्कत होएगी किसानी के लिए भी मुश्किल होएगा, तो जेड़े आके खास तौर पर प्रवासी मजदूर आके खेतों के काम करते हैं उन्होंने रुजगार के उत्ते ही फर्क पैंदा है, तो लेकिन इस बार कोई लेबर की बहुत ही वड्डी दिक्कत दिखाई नहीं देगी। जी बिल्कुल मनप्रीत, उम्मीद करते हैं कि जिस तरीके की सूबा सरकार ने अपील की है सीधी लवाई के लिए, किसान भी उसनों मनन, तो अगे जाके जो पानी का हेठला पद्धर बचाने कोशिशा सूबा सरकार के वालों ने उसनों भी मुकम्मल कर दिया जाए, किसान इस वाल ध्यान दे। फिलहाल जानकारी देने के लिए, गलबात करने के लिए शुक्रिया करना चाहांगे।